ਤਨ ਤਨ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਗੋਦ ਵਿੱਚ ਆਪ ਸੱਜ ਬੈਠੇ ਸੰਗਤ ਜੀ ਆਓ ਗੁਰੂ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਚਲੋ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਧਨ ਭਾਗ ਸਾਡੇ ਆਪ ਜੀ ਸ਼ਹੀਦ ਪਰਿਵਾਰਾਂ ਦੇ ਵਿੱਚ ਅੱਜ ਅਸੀਂ ਸਾਰੇ ਇਕੱਤਰ ਹੋਏ ਆਂ ਜਿਵੇਂ ਕਿ ਭਾਈ ਭੁਪਿੰਦਰ ਸਿੰਘ ਹੋਣਾ ਨੇ ਦੱਸਿਆ ਕਿ ਸ਼ਹੀਦ ਪਰਿਵਾਰ ਹੋਣਾ ਕਹਿਣਾ ਤੇ ਹੋ ਜਾਣਾ ਉਹ ਜਿਹੜੀ ਬੜੀ ਅਗਾਹ ਦੀ ਗੱਲ ਹੈ ਅਸੀਂ ਬੇਨਤੀ ਅੱਜ ਦਾ ਸਮਾਗਮ ਜਿਹੜਾ ਉਹ ਸ਼ਹੀਦ ਪਰਿਵਾਰਾਂ ਦੇ ਸਬੰਧ ਦੇ ਵਿੱਚ ਹੈ ਉਸ ਸਬੰਧ ਦੇ ਵਿੱਚ ਅਸੀਂ ਇੱਕ ਬੇਨਤੀ ਕਰਾਂਗੇ ਕਿ ਜਿਵੇਂ ਕਿ ਭਾਈ ਸਾਹਿਬ ਨੇ ਦੱਸਿਆ ਕਿ ਜਦੋਂ ਆਪਾਂ ਇਹਨਾਂ ਆਪਾਂ ਪਹਿਲਾਂ ਜਦੋਂ ਅਸੀਂ ਸੰਘਰਸ਼ ਵੱਲ ਤੁਰੇ ਸੀ ਤੇ ਅਸੀਂ ਸੁਣਦੇ ਹੁੰਦੇ ਸੀ ਸ਼ਹੀਦ ਪਰਿਵਾਰਾਂ ਦਾ ਜਦੋਂ ਜ਼ਿਕਰ ਆਉਂਦਾ ਸੀਗਾ ਜਾਂ ਬੰਦੀ ਸਿੰਘਾਂ ਦਾ ਜ਼ਿਕਰ ਆਉਂਦਾ ਸੀਗਾ ਤੇ ਆਪਾਂ ਮਨ 'ਚ ਸੋਚਦਾ ਸੋਚਦੇ ਸੀ ਕਿ ਕਿਹੋ ਜਿਹਾ ਉਹ ਮੰਜ਼ਰ ਹੋਏਗਾ ਉਹਨਾਂ ਦਾ ਪਰਿਵਾਰ ਜਿਹੜਾ ਉਹ ਕਿਹੋ ਜਿਹਾ ਸੋਚਦਾ ਹੋਊਗਾ ਹੁਣ ਜਦੋਂ ਅਸੀਂ ਇਹਨਾਂ ਸਥਿਤੀਆਂ ਦੇ ਵਿੱਚ ਖੁਦ ਵਿਚਰਦੇ ਆਂ ਤੇ ਸਾਨੂੰ ਪਤਾ ਲੱਗਦਾ ਹੈ ਕਿ ਧੰਨ ਹੈ ਧੰਨ ਹੈ ਉਹ ਮਾਂ ਜਿਸ ਮਾਂ ਨੇ ਇੱਕ ਸ਼ਹੀਦ ਪੁੱਤਰ ਜਨਮਿਆ ਧੰਨ ਹੈ ਉਹ ਵੀਰ ਧੰਨ ਉਹ ਭੈਣ ਜਿਨਨੇ ਕੀ ਇੱਕ ਸ਼ਹੀਦ ਹੋਣ ਦਾ ਦਰਜਾ ਕਹਾਉਂਦੇ ਨੇ ਉਹਨਾਂ ਦੇ ਮਸਤਕ ਸਾਡਾ ਲਾਉਣ ਨੂੰ ਦਿਲ ਕਰਦਾ ਹੈ ਬਹੁਤ ਧੰਤਾ ਦੇ ਯੋਗ ਹੋ ਗੁਰੂ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖਣ ਬਾਕੀ ਜੋ ਹੁਣ ਸਤਿਤੀ ਪੰਜਾਬ ਵਿੱਚ ਚੱਲ ਰਹੀ ਹੈ ਉਹ ਆਪ ਜੀ ਸਾਰੇ ਜਾਣੂ ਹੋ ਭਾਈ ਭੁਪਿੰਦਰ ਸਿੰਘ ਹੋਣੇ ਅਸੀਂ ਆ ਸਾਰੇ ਸਿੰਘ ਭਾਈ ਦਵਿੰਦਰ ਸਿੰਘ ਹੋਣੇ ਰਿਸ਼ਪਾਲ ਸਿੰਘ ਹੋਣੇ ਆਪਾਂ ਥੋੜਾ ਸਮਾਂ ਪਹਿਲਾਂ ਇੱਥੇ ਬੈਲਸਤਾਨੀ ਨਗਰ ਦੇ ਵਿੱਚ ਇੱਕ ਮੋਰਚਾ ਲੱਗਾ ਸੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਬਰਾਬਰ ਇੱਕ ਮੂਰਤੀ ਸਿਗੀ ਸਾਧ ਦੀ ਉਸ ਨੂੰ ਹਟਾਉਣ ਦੇ ਸਬੰਧ ਦੇ ਵਿੱਚ ਮੋਰਚਾ ਲੱਗਾ ਤੇ ਅਸੀਂ ਚਲੋ ਉੱਥੇ ਰਾਤ ਜਦੋਂ ਉਹਨਾਂ ਨੇ ਪੁਲਿਸ ਵਾਲਿਆਂ ਨੇ ਮੋਰਚਾ ਹਟਾਇਆ ਤੇ ਗ੍ਰਿਫਤਾਰੀਆਂ ਵੀ ਹੋਈਆਂ ਸੰਗਤ ਦੀਆਂ ਸਿੰਘਾਂ ਦੀਆਂ ਸਾਰਿਆਂ ਦੀਆਂ ਸਾਨੂੰ ਇਸ ਦੱਸਣ ਦਾ ਮਤਲਬ ਹੈ ਕਿ ਸਾਡੀ ਪ੍ਰਸ਼ਾਸਨ ਦੀਆਂ ਮਾਨਸਿਕ ਸਾਡੇ ਪ੍ਰਤੀ ਸਿੰਘਾਂ ਦੇ ਪ੍ਰਤੀ ਕੀ ਹੈ ਜਿਹੜੇ ਸੰਘਰਸ਼ ਵੱਲ ਚੱਲਦੇ ਨੇ ਉਹ ਪ੍ਰਸ਼ਾਸਨ ਕਿਸ ਮਾਨਸਿਕ ਤੱਕ ਦਾ ਦੇ ਨਾਲ ਸਾਨੂੰ ਦੇਖਦਾ ਹੈ ਅਸੀਂ ਖੁਦ ਆਪਣੀ ਅੱਖੀ ਦੇਖੀ ਹਾਲ ਦੱਸਦੇ ਆਂ ਕਿ ਜੇ ਭਾਈ ਭੁਪਿੰਦਰ ਸਿੰਘ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੇ ਨੇ ਤੇ ਕੁਝ ਪ੍ਰੈਸ ਵਾਲੇ ਵੀਰ ਜਿਹੜੇ ਨੇ ਉਹ ਕਹਿੰਦੇ ਸੀ ਕਿ ਭਾਈ ਭੁਪਿੰਦਰ ਸਿੰਘ ਨੂੰ ਕਿਉਂ ਨਹੀਂ ਅੰਦਰ ਗਏ ਇਹ ਫਲਾਣਾ ਸਿੰਘ ਕਿਉਂ ਨਹੀਂ ਅੰਦਰ ਗਿਆ ਦੇਖੋ ਸਾਡੇ ਆਪ ਦੇ ਹੀ ਸਿੰਘ ਸਾਡੇ ਨਾਲ ਦੇ ਹੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਕਿ ਉਹ ਉਹਨਾਂ ਦੇ ਪਰਚੇ ਕਿਉਂ ਨਹੀਂ ਹੋਏ ਇਸ ਕਰਕੇ ਮੇਰੇ ਵੀਰੋ ਤੇ ਸਾਰੇ ਪਰਿਵਾਰ ਆਏ ਆ ਆਪਾਂ ਸਾਰੇ ਧੰਨਤਾ ਦੇ ਜੋਗ ਹਾਂ ਸੰਘਰਸ਼ ਦੇ ਵੱਲ ਜਿੰਨਾ ਜਿੰਨਾ ਵੀ ਯੋਗਦਾਨ ਆਪ ਜੀ ਨੇ ਪਾਇਆ ਹੈ ਤੇ ਜਾਂ ਪਾ ਰਹੇ ਆ ਗੁਰੂ ਮਹਾਰਾਜ ਚੜ੍ਹਦੀ ਬੋਤ ਚੰਗੇ ਕਰਮ ਨੇ ਬਹੁਤ ਚੰਗੇ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਇਹਨਾਂ ਸਿੰਘਾਂ ਤੇ ਭਾਈ ਦਵਿੰਦਰ ਸਿੰਘ ਹੋਣੇ ਭਾਈ ਭੁਪਿੰਦਰ ਸਿੰਘ ਹੋਣੇ ਗੁਰੂ ਮਹਾਰਾਜ ਬਹੁਤ ਚੰਗੀ ਨਿਗਾਹ ਦੇ ਨਾਲ ਸਾਡੇ ਤੇ ਹੱਥ ਹੈ ਤੇ ਅਸੀਂ ਇਸ ਰਸਤੇ ਤੇ ਤੁਰ ਰਹੇ ਆ ਨਹੀਂ ਤੇ ਅੱਜ ਕੱਲ ਸਮਾਂ ਤੇ ਇਹੋ ਜਿਹਾ ਕਿ ਆਪ ਜੀ ਜਾਣਦੇ ਹੀ ਹੋ ਸਾਡਾ ਤੇ ਪੋਪੋ ਤੇ ਜਿ ਤਰ੍ਹਾਂ ਕਹਿੰਦੇ ਸੀ ਨਾ ਕਿ ਉਸ ਹਾਬ ਹੋ ਗਿਆ ਬਾਕੀ ਗੁਰੂ ਮਹਾਰਾਜ ਇਹਨਾਂ ਸਿੰਘਾਂ ਤੇ ਇਹਨਾਂ ਪਰਿਵਾਰਾਂ ਤੇ ਚੜ੍ਹਦੀ ਕਲਾ ਗੁਰੂ ਮਹਾਰਾਜ ਵਰਤੌਣ ਸਾਡੇ लायक ਜਿੰਨੀ ਕੀ ਭਾਈ ਸਾਹਿਬ ਨੇ ਦੱਸਿਆ ਕਿ ਅਸੀਂ ਇਸ ਹਲਕੇ ਦੇ ਵਿੱਚ ਵਿਚਰਦੇ ਆ ਕੋਈ ਵੀ ਕਦੋਂ ਵੀ ਸਾਡੀ ਜ਼ਰੂਰਤ ਆਪ ਜੀ ਨੂੰ ਮਹਿਸੂਸ ਹੋਵੇ ਸਾਡਾ ਨੰਬਰ ਅਸੀਂ ਤੁਹਾਨੂੰ ਬੋਲ ਕੇ ਦੱਸ ਦਾਂਗੇ 8699520314 ਇਹ ਸਾਡਾ ਨੰਬਰ ਹੈ ਕਿਸੇ ਵੀ ਪਰਿਵਾਰ ਨੂੰ ਸ਼ਹੀਦ ਪਰਿਵਾਰ ਜਾਂ ਬੰਦੀ ਸਿੰਘਾਂ ਦਾ ਪਰਿਵਾਰ ਹੈ ਕਿਸੇ ਵੀ ਪਰਿਵਾਰ ਨੂੰ ਸਾਡੀ ਕਿਤੇ ਵੀ ਤੁਹਾਨੂੰ ਜ਼ਰੂਰਤ ਮਹਿਸੂਸ ਹੋਵੇ ਤੇ ਸਾਨੂੰ ਜ਼ਰੂਰ ਆਵਾਜ਼ ਮਾਰਿਓ ਅਸੀਂ ਇੱਥੇ ਨੇੜੇ ਤੇੜੇ ਇਹਨਾਂ ਹਲਕਿਆਂ ਦੇ ਵਿੱਚ ਹੀ ਸੇਵਾਵਾਂ ਕਰਦੇ ਆਂ ਅਸੀਂ ਜ਼ਰੂਰ ਜਿੰਨੇ ਜੋਗੇ ਗੁਰੂ ਮਹਾਰਾਜ ਨੇ ਬਖਸ਼ਿਆ ਆਪ ਜੀ ਦੇ ਨਾਲ ਪਰਿਵਾਰਾਂ ਦੇ ਨਾਲ ਸਾਂਝ ਪਾਵਾਂਗੇ ਇੰਨੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਗੁਰੂ ਸਾਹਿਬ ਬਖਸ਼ਣ ਜੋਗ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ